भी बेगम। हाँ जी। चलो कि तू इस घर च आई है ना, घर का नक्शा ही बदल गया। मैं तो यही कहनी है जानू, जब तुसी मेरे नाल शादी की थी ना, इतनी इज्जत तो प्यार मेरे को कितना नहीं मिला। भाई मेरे बच्चे ही समझते ना जिन्हें तू उनकी असली मां है। ताड़े बच्चे बहुत अच्छे ने। हाँ ये तो है। तू ही तू ही याद कर, तू मेरा 500 खाता सो हजार काट दिता ही, तू भी तो जल्दी काट दिता सी ना। मैं राजा खतरनाक ही है। इधर कि नौकरी दी तलाश? ना ना भाई नौकरी नहीं है जा तक। सर मैं ताड़ियां मज्जां नवा दे पुत्र ओए, मेरे को इक्को ही मज्ज है, मैं आप बड़ी सोहनी नवाना। तू जा मैनु फिर चौन ली रख लो। भाई इस घर में कोई काम नहीं है, तू जा सकदा चल। ते साहब जी इहदा गोया आप चुक दे। मैं कर लेना नींद नहीं खुलदी। बकवास इन्हू ना पोजीशन लवाओ। क्यों इंज बुरी लग गई? गुस्से वाली दंदी वड्डेगी ना वो तो मेनू मजा आएगा। जोड़ो बाथरूम जाए दस बाथरूम जान तो अलावा किसी की जिंदगी है वे? ते फेर हर बंदा अपने खब्बे हाथ का चुंदा ही। जिन्हें नहीं जाना उन्हें वैसे ही खत्म हो जाना। लेकिन लेकिन की ये तो 2.5-3 किलो ढेर लांदी। ओए हलाल दे आ, समझ गया मैं। तेरी ये ना गल्ला तो मेरा दिल चढ़ जाना उधर। वो नहीं तो चढ़ता। चौधरी साहब असी बचपन के दोस्त हाँ, मैं तुहानू ऐसे असी थां मूह पांदे आ वेखे आ ना। जे जरा जिन्नी भी तेरी गल झूठ होंगी मैं तेरा सिर ला देना। मैं वेना मैं सच्चा फिर मैं पब्लिक मेरे ना सही तरीके ना
ਖਾਲਸਾ ਨੂੰ ਮਿਲਿਆ। ਉਹ ਤੇ ਸ਼ਰਮਿੰਦਾ ਹੀ ਨਹੀਂ ਹੁੰਦੀ ਹੋਰੇ ਕਿਹੜੀ ਔਰਤ ਤੇ। ਮੇਰੀ ਭੈਣ ਨੂੰ ਇਹ ਕੰਮ ਪਠਾਨ ਕਰਨ ਤੇ ਲਾਕਾ ਛੱਡ ਜਾਂਦੇ ਨੇ। ਮੈਂ ਤੈਨੂੰ ਸਹੀ ਨਹੀਂ ਆ ਤੂੰ। ਮੈਂ ਤੈਨੂੰ ਸਹੀ ਮੈਂ ਚੁੱਪ ਕਰ ਮੈਂ ਤੈਨੂੰ ਸਹੀ ਨੇ ਪੈਸੇ ਡਰਾਮਿਆਂ ਦੇ ਲੈਂਦੀਆਂ ਤੇ ਖਾਂਦੀਆਂ ਤੁਸੀਂ ਆਲੂ ਬਤਾਉਂਗੇ। ਜੀ ਅਸਲ ਵਿੱਚ ਮੈਂ ਤੇ ਸ਼ਰਮ ਨਹੀਂ ਹੈ ਬੇਵਕੂਫਾ ਖਾਣਾ ਖਰਾਬਾ। ਮੈਂ ਆਇਆ ਥੋੜੀ ਤੇ ਮੈਨੂੰ ਸੁਣਨ ਚ ਕਾ ਤੋ ਆਣੀ ਹੈ ਮੈਂ ਕਾ ਤੋ ਪਰੇ ਹੋ ਜਾ ਕਾ ਤੋ ਫੇ ਕੀ ਆ। ਬੀਬੀ ਮੈਂ ਪਤਾ ਕੀ ਗੱਲ ਹੈ ਪ੍ਰੇਸ ਤੇ ਨਹੀਂ ਤੇ ਮੈਂ ਤਾਂ ਅੰਦਰ ਛੱਡਣਾ ਨਹੀਂ ਸੀ। ਮੈਨੂੰ ਹਕੀਮ ਨੇ ਵੱਡੇ ਬਾਰ ਦੀ ਔਰਤ ਮਣਾ ਨਾ ਕੀਤੀ ਹੁੰਦੀ। ਛੱਡੀ ਕਿੱਤੀ ਗਿਆ। ਅੱਛਾ ਮੁੰਡਿਆ ਜੀ ਚੌਰੀ ਬਹੁਤ ਹੋ ਗਿਆ ਵੀ ਮਜ਼ਾਕ। ਹਾਂਜੀ ਹੁਣ ਦੱਸ ਘਰ ਦੇ ਕੰਮ ਕਰ ਲੇਗਾ। ਹਾਂਜੀ ਸਰ ਕੱਪੜੇ ਧੋ ਲਾਂਗਾ ਭਾਂਡੇ ਧੋ ਲਾਂਗਾ ਤੇ ਕੱਪੜੇ ਮੈਂ ਲੇਡੀਜ਼ ਨਹੀਂ ਧੋਣੇ। ਕਿਉਂ? ਮੈਂ ਜੈਂਟਸ ਧੋਵਾਂਗਾ ਉਹਨਾਂ ਨੂੰ ਪਹਿਲੇ ਹੀ ਮਾਇਆ ਲੱਗੀ ਹੁੰਦੀ ਹੈ। ਹਾਂ ਬੇਗਮ ਰੱਖਣਾ ਵੀ ਨੌਕਰੀ ਦੇ ਰੱਖ ਲਓ ਸੁ ਵਿਚਾਰਾ ਇਹ ਲੱਗ ਗਿਆ ਪਿੱਛੇ ਉਹਦਾ ਦਿਲ ਆਪਣਾ ਭਰੇ ਆ ਕਿ ਕਿਤੇ ਇੱਥੇ ਰਹੇਗਾ ਤੇ ਮਜ਼ਾ ਆਏਗਾ। ਬੜਾ ਮਜ਼ਾ ਆਏਗਾ ਤੇਰੀਆਂ ਗੱਲਾਂ ਏਡੀਆਂ ਸੋਹਣੀਆਂ ਮੈਨੂੰ ਮਜ਼ਾ ਕਿਉਂ ਨਹੀਂ ਆਏਗਾ? ਤੂੰ ਮੇਰੇ ਕਮਰੇ ਦੀ ਸਫਾਈ ਕਰੀ ਕਰੀ ਤੇ ਸਾਹਿਬ ਜੀ ਤੁਹਾਡੇ ਦੀ ਨਹੀਂ ਕਰਨੀ। ਓਏ ਫਿਰ ਕਮਰੇ ਦੀ ਸੋਨੇ ਅਸੀਂ ਉਹ ਤੁਹਾਡੀ ਭੈਣ ਨੂੰ ਗੰਦੇ ਹੋ ਉਹ ਮੀਆਂ ਵੀ ਕਮਰੇ 'ਚ ਕਿਉਂ ਸੌਂਦੇ ਆ? ਮੀਆਂ ਬੀਬੀ ਅਸੀਂ ਇਕੱਠੇ ਸੌਣਾ ਹੈ। ਅੱਛਾ ਮੀਆਂ ਬੀਬੀ? ਹਾਂ ਮੈਂ ਘਰੇ ਭੈਣ ਭਰਾ ਚਲ ਇਹ ਨਾਲ ਸਜੇ ਹੱਥ ਕਮਰੇ ਦੀ। ਹਾਂ ਨਿਕਲ ਜਾ ਜਾ ਕਮਰੇ ਦੀ ਸਫਾਈ ਕਰ ਕਮਰਾ ਵੈਸੇ ਵੀ ਬੜਾ ਵੱਡਾ ਹੀ। ਪਿਛਲਾ ਕਮਰਾ ਮੈਂ ਤੁਹਾਡਾ ਪਹਿਲੇ ਵੀ ਵੇਖਿਆ ਉਹਨੂੰ ਠੀਕ ਕਰਾਓ ਸਰ ਉਹਦਾ ਪੈਪ ਉਹਨਾਂ ਗੱਟਰ ਵਾਲਾ ਫਟਾ ਆ ਜੀ। ਉਹ ਦਮਾ ਆ ਜਾ ਵੇਖ ਜਾ ਕੇ। ਏ ਓਏ ਅੰਦਰ ਜਾ ਕੂਨਾ ਕਿੰਜਿਆ ਬੇਗਮ ਨੌਕਰਾਂ ਨੂੰ ਜ਼ਿਆਦਾ ਮੂੰਹ ਨਹੀਂ ਲਾਈਦਾ ਕਿਉਂ ਤੂੰ ਉਹਦੇ ਨਾਲ ਐਵੇਂ? ਨਾ ਭਾਈਆ ਕੀ ਗੱਲ ਇਹ ਜਵਾਨ ਮੁੰਡਾ ਤੂੰ ਘਰ ਚ ਰੱਖ ਕੇ ਕੋਈ ਚੰਗਾ ਨਹੀਂ ਕੀਤਾ। ਲੱਭੇ ਮੂੰਹ ਚੰਗਾ ਨਾ ਹੋਏ ਗੱਲ ਬੰਦੇ ਨੂੰ ਚੰਗੀ ਕਰਨੀ ਚਾਹੀਦੀ। ਨਾ ਕੀ ਹੈ ਮੇਰੇ ਮੂੰਹ ਨੂੰ? ਉਹ ਨੌਕਰ ਰੱਖਿਆ ਕਿਹੜੀ ਕਿਆਮਤ ਆ ਗਈ ਹੈ? ਤੇ ਕੀ ਜ਼ਰੂਰਤ ਪੈ ਗਈ ਤੈਨੂੰ ਜਵਾਨ ਮੁੰਡਾ ਰੱਖਣ ਦੀ ਨੌਕਰ? ਉਹ ਮਜਬੂਰ ਸੀ ਵਿਚਾਰਾ। ਮਜਬੂਰ ਸੀ ਜੇ ਕੱਲ ਤੇਰੀ ਜਵਾਨ ਧੀ ਨੂੰ ਕੱਢ ਕੇ ਲੈ ਗਏ ਸ਼ਰੀਕੇ ਕੀ ਮੂੰਹ ਆਏਗਾ? ਉਹ ਮੈਨੂੰ ਆਪਣੀ ਧੀ ਤੇ ਪੂਰਾ ਯਕੀਨ ਹੈ ਕਦੀ ਮੈਨੂੰ ਸ਼ਰਮਿੰਦਾ ਨਹੀਂ ਕਰਾਏਗੀ। ਲੇਕਿਨ ਤੇਰੇ ਸਿਰ 'ਚ ਖੇ ਜ਼ਰੂਰ ਪਾਏਗੀ। ਆਪਣੀ ਬਕਵਾਸ ਬੰਦ ਕਰ ਤੇ ਚੱਲ ਅੰਦਰ। ਚਲੇ ਜਾਂਦੇ ਭਾਈ ਜੇ ਤੈਨੂੰ ਆਪਣੀ ਇੱਜ਼ਤ ਨਾਲ ਪਿਆਰ ਨਹੀਂ ਤੇ ਮੈਂ ਕੀ ਕਰਾਂ? ਚੰਗਾ ਭਲਾ ਮੂੜ ਸੀ ਬੇੜਾ ਗਰਕ ਕਰਤਾ। ਆਹੋ ਓਕੇ ਪੁਆਏ ਨਾ ਪੁਆਏ ਚੌਧਰੀ ਸਾਹਿਬ ਐ ਖੇ ਜ਼ਰੂਰ ਪਵਾ ਦੇਗਾ। ਛੱਡੋ ਬੇਗਮ ਇਹਨਾਂ ਗੱਲਾਂ ਨੂੰ ਜਿੰਨੀ ਹੱਡ ਪੈਰ ਇੱਕ ਪਿਆਰ ਮੁਹੱਬਤ ਵਾਲੀ ਗੱਲ ਕਰੋ। ਹੈਲੋ ਕੌਣ ਹੋ ਜੀ ਤੁਸੀਂ? ਨਾ ਕਾਟਾ ਕਾਟੂ ਦੀ ਪ੍ਰਿੰਸੈਸ। ਇਹ ਨਾ ਕਾਟਾ ਕਾਟੂ ਟੂ ਕੀ ਹੈ ਜੀ? ਆਈਸਲੈਂਡ। ਆਈਸਲੈਂਡ ਜਿਸ ਤਰ੍ਹਾਂ ਇੰਗਲੈਂਡ ਹਾਂ, ਹਾਲੈਂਡ ਹਾਂ, ਆਇਰਲੈਂਡ ਹਾਂ, ਨਿਊਜ਼ੀਲੈਂਡ ਹਾਂ, ਸਵਿਟਜ਼ਰਲੈਂਡ ਹਾਂ, ਐਸੀ ਤਰ੍ਹਾਂ ਨਾ ਕਾਟਾ ਕਾਟੂ। ਅੱਛਾ ਉੱਥੇ ਵੀ ਖੁਸ਼ ਰਹੀ ਹੈ ਪ੍ਰਿੰਸੈਸ? ਪ੍ਰਿੰਸੈਸ ਤੁਹਾਨੂੰ ਕਿ ਜਜ਼ੀਰਿਆਂ ਦੀ ਜ਼ਿੰਦਗੀ ਦਾ ਪਤਾ ਹੋਵੇ। ਅੱਛਾ ਜੀ ਮਾਸ਼ਾ ਤੇ ਲੂੰਦੇ ਨਕਸ਼ੇ ਚੋਂ ਕੱਚੀ ਪੰਪ ਵਾਲੀ ਲੱਭਣ ਵਾਲੀ